ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਔਰ ਸਪੈਸ਼ਲੀ 28 ਔਰ 29 ਤਰੀਕ ਨੂੰ ਕਿਤੇ ਕਿਤੇ ਹੈਵੀ ਬਾਰਿਸ਼ ਔਰ ਲਾਈਟਨਿੰਗ ਥੰਡਰਿੰਗ ਅਤੇ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਸਕਦੀਆਂ। ਅੱਜ ਦਾ ਮਿਨੀਮਮ ਟੈਂਪਰੇਚਰ 32.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ 5.9 ਡਿਗਰੀ ਸੈਂਟੀਗ੍ਰੇਡ ਹਾਇਰ ਰਿਕਾਰਡ ਕੀਤਾ ਗਿਆ। ਔਰ ਇਹ 32.4 ਡਿਗਰੀ ਸੈਂਟੀਗ੍ਰੇਡ ਜਿਹੜਾ 1970 ਤੋਂ ਜਦੋਂ ਤੋਂ ਸਾਡੇ ਕੋਲ ਜਿਹੜਾ ਵੈਦਰ ਡੇਟਾ ਅਵੇਲੇਬਲ ਹੈ ਉਦੋਂ ਤੋਂ ਅੱਜ ਤੱਕ ਦਾ 26 ਜੂਨ ਦਾ ਇਹ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅੱਜ ਅਬਜ਼ਰਵ ਕੀਤਾ ਗਿਆ 32.4 ਡਿਗਰੀ ਸੈਂਟੀਗ੍ਰੇਡ, ਕਿਉਂਕਿ ਕੁਛ ਕਲਾਊਡੀ ਕੰਡੀਸ਼ਨਸ ਵੀ ਬਣੀਆਂ ਹੋਈਆਂ ਸੀਗੀਆਂ ਔਰ ਹਵਾ ਦੇ ਵਿੱਚ ਜਿਹੜਾ ਮੋਇਸਚਰ ਵੀ ਵੱਧ ਰਿਹਾ ਹੈਗਾ। ਸੋ ਇਹਦੇ ਕਰਕੇ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਕਾਫੀ ਅੱਜ ਪੰਜਾਬੀ ਏਕਤਾ ਚੈਨਲ ਦੇਖ ਰਹੇ ਹੋ ਤੁਸੀਂ। ਇਸ ਵੇਲੇ ਦੀ ਵੱਡੀ ਖਬਰ, ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ ਪੰਜਾਬ ਦੇ ਗੁਆਂਢੀ ਸੂਬਿਆਂ 'ਚ ਮਾਨਸੂਨ ਪਹੁੰਚ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 1-2 ਦਿਨਾਂ ਅੰਦਰ ਪੰਜਾਬ 'ਚ ਮਾਨਸੂਨ ਦੀ ਐਂਟਰੀ ਹੋਣ ਵਾਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ 'ਚ ਮੌਸਮ ਬਦਲ ਗਿਆ ਹੈ ਅਤੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅੱਜ ਕਾਲੇ ਬੱਦਲ ਛਾਏ ਹੋਏ ਹਨ। ਇਸ ਕਾਰਨ ਗਰਮੀ ਤੋਂ ਵੀ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਪੰਜਾਬ ਦੇ ਮੋਹਾਲੀ, ਪਟਿਆਲਾ, ਸੰਗਰੂਰ, ਗੁਰਦਾਸਪੁਰ, ਬਠਿੰਡਾ, ਮਾਨਸਾ ਅਤੇ ਬਰਨਾਲਾ ਸਣੇ ਹੋਰ ਕਈ ਜ਼ਿਲ੍ਹਿਆਂ ਵਿੱਚ ਗੂੜੇ ਕਾਲੇ ਬੱਦਲ ਛਾਏ ਹੋਏ ਹਨ ਅਤੇ ਮੌਸਮ ਖੁਸ਼ਨੁਮਾ ਬਣਿਆ ਹੋਇਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੌਰਾਨ ਤਾਪਮਾਨ ਅਚਾਨਕ ਡਿੱਗੇਗਾ ਅਤੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ 'ਚ 27 ਜੂਨ ਯਾਨੀ ਕੱਲ੍ਹ ਨੂੰ ਮੀਂਹ ਦਾ ਦੌਰ ਸ਼ੁਰੂ ਹੋ ਰਿਹਾ ਹੈ। ਕੱਲ੍ਹ ਕਈ ਥਾਵਾਂ 'ਤੇ ਮੀਂਹ ਪਵੇਗਾ ਅਤੇ 28 ਅਤੇ 29 ਜੂਨ ਨੂੰ ਹਲਕਾ ਮੀਂਹ ਪਵੇਗਾ। ਇਸ ਤੋਂ ਬਾਅਦ 30 ਜੂਨ ਅਤੇ 1 ਜੁਲਾਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਘੱਟੋ ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ ਹੈ, ਜਦੋਂ ਕਿ ਫਰੀਦਕੋਟ, ਅੰਮ੍ਰਿਤਸਰ ਵਰਗੇ ਸ਼ਹਿਰਾਂ 'ਚ ਘੱਟੋ ਘੱਟ ਤਾਪਮਾਨ 30 ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ 1-2 ਦਿਨਾਂ ਵਿੱਚ ਜਲੰਧਰ ਦਾ ਘੱਟੋ ਘੱਟ ਤਾਪਮਾਨ 30 ਡਿਗਰੀ ਦੇ ਨੇੜੇ ਪਹੁੰਚ ਜਾਵੇਗਾ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ ਅਚਾਨਕ ਘਟੇਗਾ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਦੱਖਣੀ ਪੱਛਮੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਤੱਕ ਪਹੁੰਚ ਗਿਆ ਹੈ। ਇਸ ਨਾਲ ਹੁਣ ਪੱਛਮੀ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸੇ ਤੱਕ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ। IMD ਦੁਆਰਾ ਜਾਰੀ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ ਅੱਜ ਉੱਤਰ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਗਰਜ ਤੂਫਾਨ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਉੱਤਰਾਖੰਡ ਵਿੱਚ 28 ਅਤੇ 29 ਜੂਨ ਨੂੰ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੋ ਇਸ ਨੂੰ ਤੱਕ ਦੀ ਵੱਡੀ ਖਬਰ, ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ। ਪਿਛਲੇ 3-4 ਦਿਨ ਤੋਂ ਫਿਰ ਜਿਹੜੀਆਂ ਇੱਕ ਵਾਰੀ ਹੀਟ ਸਟ੍ਰੈਸ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਔਰ ਡੇ ਟਾਈਮ ਟੈਂਪਰੇਚਰ ਜਿਹੜਾ ਲਗਾਤਾਰ ਫਿਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਸੀਗਾ ਔਰ ਕੱਲ੍ਹ ਦਾ ਵੀ ਡੇ ਟਾਈਮ ਟੈਂਪਰੇਚਰ 41 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ 4 ਡਿਗਰੀ ਸੈਂਟੀਗ੍ਰੇਡ ਉੱਪਰ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 32.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ 5.9 ਡਿਗਰੀ ਸੈਂਟੀਗ੍ਰੇਡ ਹਾਇਰ ਰਿਕਾਰਡ ਕੀਤਾ ਗਿਆ ਔਰ ਇਹ 32.4 ਡਿਗਰੀ ਸੈਂਟੀਗ੍ਰੇਡ ਜਿਹੜਾ 1970 ਤੋਂ ਜਦੋਂ ਤੋਂ ਸਾਡੇ ਕੋਲ ਜਿਹੜਾ ਵੈਦਰ ਡੇਟਾ ਅਵੇਲੇਬਲ ਹੈ ਉਦੋਂ ਤੋਂ ਅੱਜ ਤੱਕ ਦਾ 26 ਜੂਨ ਦਾ ਇਹ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅੱਜ ਓਬਜ਼ਰਵ ਕੀਤਾ ਗਿਆ 32.4 ਡਿਗਰੀ ਸੈਂਟੀਗ੍ਰੇਡ, ਕਿਉਂਕਿ ਕੁਛ ਕਲਾਊਡੀ ਕੰਡੀਸ਼ਨਸ ਵੀ ਬਣੀਆਂ ਹੋਈਆਂ ਸੀਗੀਆਂ ਔਰ ਹਵਾ ਦੇ ਵਿੱਚ ਜਿਹੜਾ ਮੋਇਸਚਰ ਵੀ ਵੱਧ ਰਿਹਾ ਹੈਗਾ। ਸੋ ਇਹਦੇ ਕਰਕੇ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਕਾਫੀ ਅੱਜ ਰਾਈਜ਼ ਓਬਜ਼ਰਵ ਕੀਤੀ ਹੈਗੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਸਪੈਸ਼ਲੀ 28 ਔਰ 29 ਤਰੀਕ ਨੂੰ ਕਿਤੇ ਕਿਤੇ ਹੈਵੀ ਬਾਰਿਸ਼ ਔਰ ਲਾਈਟਨਿੰਗ ਥੰਡਰਿੰਗ ਅਤੇ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਸਕਦੀਆਂ।
ਫਾਰਮਰਸ ਨੂੰ ਵੀ ਇਹੀ ਅਸੀਂ ਸਲਾਹ ਦੇ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਐਕਸਪੈਕਟਡ ਹੈ ਔਰ 28 ਔਰ 29 ਤਰੀਕ ਨੂੰ ਹੈਵੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਤੋਂ ਬਿਨਾਂ ਗਰਜ ਚਮਕ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਸੋ ਬਾਰਿਸ਼ ਦਾ ਜਿਹੜਾ ਹੁਣ ਝੋਨੇ ਦੀ ਲੁਆਈ ਚੱਲ ਰਹੀ ਹੈ ਉਹਨੂੰ ਬੜਾ ਇਹਦੀ ਹੈਲਪ ਹੋ ਸਕਦੀ ਹੈ, ਬੜੀ ਲਾਭਦਾਇਕ ਹੋ ਸਕਦੀ ਹੈ ਉਹਦੇ ਲਈ। ਪਰ ਇਹਦੇ ਨਾਲ ਨਾਲ ਹੀ ਜੇ ਉਹ ਕਿਸੇ ਫਸਲ ਦੀ ਹਾਰਵੈਸਟਿੰਗ ਅੱਜ ਕੱਲ੍ਹ ਕਰ ਰਹੇ ਨੇ ਜਿਵੇਂ ਮੂੰਗੀ ਵਗੈਰਾ ਦੀ, ਉਹਨਾਂ ਨੂੰ ਪ੍ਰੋਡਿਊਸ ਦੀ ਸਾਂਭ ਸੰਭਾਲ ਇਮੀਡੀਏਟਲੀ ਕਰ ਲੈਣੀ ਚਾਹੀਦੀ ਹੈ। ਔਰ ਜੇ ਸੋਇੰਗ ਵੀ ਉਹ ਕਰ ਰਹੇ ਨੇ ਜਿਵੇਂ ਮੱਕੀ ਵਗੈਰਾ ਦੀ, ਤਾਂ ਉਹਦਾ ਵੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ ਜਿਹੜੀ ਸੋਇੰਗ ਤੋਂ ਇਮੀਡੀਏਟਲੀ ਬਾਅਦ ਜੇ ਬਾਰਿਸ਼ ਹੋ ਜਾਵੇ ਤਾਂ ਪ੍ਰੋਬਲਮ ਆਉਂਦੀ ਹੈ। ਸੋ ਇਹ ਜਿਹੜੀਆਂ ਆਉਣ ਵਾਲੇ ਦਿਨਾਂ ਦੀਆਂ ਵੈਦਰ ਕੰਡੀਸ਼ਨਸ ਨੇ, ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਆਪਣੇ ਖੇਤੀ ਧੰਦਿਆਂ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਜਦੋਂ ਵੀ ਟੈਂਪਰੇਚਰ ਰਾਈਜ਼ ਹੁੰਦਾ, ਹੌਟ ਐਂਡ ਹਿਊਮਿਡ ਕੰਡੀਸ਼ਨਸ ਹੀ ਜ਼ਿਆਦਾ ਅਨਕੰਫਰਟੇਬਲ ਹੁੰਦੀਆਂ ਨੇ ਜਿਹੜੀਆਂ ਅੱਜ ਕੱਲ੍ਹ ਬਣ ਰਹੀਆਂ ਨੇ। ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ, ਆਪਣੀ ਹੈਲਥ ਦਾ ਧਿਆਨ ਰੱਖੋ, ਹੈਲਦੀ ਡਾਈਟ ਲਓ, ਨਿਊਟ੍ਰੀਸ਼ੀਅਸ ਡਾਈਟ ਲਓ ਔਰ ਵੱਧ ਤੋਂ ਵੱਧ ਲਿਕੁਇਡਸ ਲਓ, ਬਾਡੀ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਜਿਹੜੀਆਂ ਇਹ ਕੰਡੀਸ਼ਨਸ ਨੇ ਇਹਨਾਂ ਦਾ ਸਿਹਤ ਨੂੰ ਕੋਈ ਨੁਕਸਾਨ ਨਾ ਹੋ ਸਕੇ।